ਵਿਦੇਸ਼ ਦੇ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਦੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ 20 ਸਾਲਾ ਗੁਰਬਾਜ ਸਿੰਘ, ਜਿਸ ਨੂੰ ਬੜੇ ਚਾਵਾਂ ਦੇ ਨਾਲ ਮਾਪਿਆਂ ਨੇ ਵਿਦੇਸ਼ ਲਈ ਤੋਰਿਆ, ਅਰਮਾਨੀਆ ਦੇ ਵਿੱਚ ਭੇਜਿਆ ਸੀ ਚੰਗੇ ਭਵਿੱਖ ਲਈ, ਚੰਗੀ ਰੋਜ਼ੀ ਰੋਟੀ ਲਈ, ਤਾਂ ਦਿਲ ਦਾ ਦੌਰਾ ਪੈਣ ਦੇ ਨਾਲ ਉਸਦੀ ਮੌਤ ਹੋ ਗਈ ਹੈ। ਅਜੇ ਅਰਮਾਨੀਆ ਗਿਆ ਉਸਨੂੰ 7 ਮਹੀਨੇ ਹੀ ਹੋਏ ਸਨ ਤੇ ਹੁਣ ਉਸਦੀ ਮੌਤ ਦੀ ਖਬਰ ਘਰ ਪਹੁੰਚੀ ਹੈ। ਪਰਿਵਾਰ ਤੋਂ ਇਹ ਦੁੱਖ ਸਹਿ ਨਹੀਂ ਹੋ ਰਿਹਾ। ਦੱਸਦੇ ਕਿ ਗੁਰਦਾਸਪੁਰ ਦੇ ਪਿੰਡ ਸਰਫਕੋਟ ਦਾ ਰਹਿਣ ਵਾਲਾ ਸੀ ਗੁਰਬਾਜ ਸਿੰਘ, ਜਿਸ ਨੂੰ 7 ਮਹੀਨੇ ਪਹਿਲਾਂ ਮਾਪਿਆਂ ਨੇ ਉਹਦੇ ਚੰਗੇ ਭਵਿੱਖ ਲਈ ਉਸਨੂੰ ਵਿਦੇਸ਼ ਭੇਜਿਆ। ਅਰਮਾਨੀਆ ਦੀ ਧਰਤੀ ਤੇ 7 ਮਹੀਨੇ ਹੀ ਹੋਏ ਸਨ ਉਸਨੂੰ ਕਿ ਹੁਣ ਦਿਲ ਦਾ ਦੌਰਾ ਪੈਣ ਨਾਲ ਉਸਦੀ ਮੌਤ ਹੋ ਗਈ ਹੈ। ਮਾਪਿਆਂ ਤੋਂ ਇਹ ਦੁੱਖ ਸਹਿ ਨਹੀਂ ਹੋ ਰਿਹਾ। ਪੂਰੇ ਪਿੰਡ ਦੇ ਵਿੱਚ ਮਾਤਮ ਪਸਰਿਆ ਹੋਇਆ ਹੈ। ਮਾਪਿਆਂ ਦਾ ਕਹਿਣਾ ਹੈ ਕਿ 3.5 ਲੱਖ ਖਰਚ ਕਰਕੇ ਹੁਣ ਉਹਨਾਂ ਦੇ ਪੁੱਤ ਦੀ ਮ੍ਰਿਤਕ ਦੇਹ ਨੂੰ ਪਿੰਡ ਲਿਆਂਦਾ ਜਾਣਾ ਹੈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਆਖਰੀ ਵਾਰ ਆਪਣੇ ਪੁੱਤ ਦਾ ਮੂੰਹ ਦੇਖਣ ਦੀ ਉਡੀਕ ਕਰ ਰਹੇ ਨੇ। ਬੇਹੱਦ ਮੰਦਭਾਗਾ ਹੈ ਕਿ ਪਹਿਲੇ ਲੱਖਾਂ ਰੁਪਏ ਖਰਚ ਕਰਕੇ ਬੱਚੇ ਨੂੰ ਵਿਦੇਸ਼ ਭੇਜਿਆ ਜਾਂਦਾ ਹੈ ਤਾਂ ਕਿ ਉਹਨਾਂ ਦੇ ਧੀ ਪੁੱਤ ਦੀ ਵਧੀਆ ਜ਼ਿੰਦਗੀ ਬਣੇ, ਉਹਨਾਂ ਦਾ ਚੰਗਾ ਭਵਿੱਖ ਬਣੇ, ਤੇ ਹੁਣ ਲੱਖਾਂ ਰੁਪਏ ਲਾ ਕੇ ਹੀ ਉਸਦੀ ਮ੍ਰਿਤਕ ਦੇਹ ਨੂੰ ਵਾਪਸ ਲਿਆਉਣਾ ਪੈ ਰਿਹਾ ਹੈ। ਵਿਦੇਸ਼ ਦੇ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਦੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ 20 ਸਾਲਾ ਗੁਰਬਾਜ ਸਿੰਘ, ਜਿਸ ਨੂੰ ਬੜੇ ਚਾਵਾਂ ਦੇ ਨਾਲ ਮਾਪਿਆਂ ਨੇ ਵਿਦੇਸ਼ ਲਈ ਤੋਰਿਆ, ਅਰਮਾਨੀਆ ਦੇ ਵਿੱਚ ਭੇਜਿਆ ਸੀ ਚੰਗੇ ਭਵਿੱਖ ਲਈ, ਚੰਗੀ ਰੋਜ਼ੀ ਰੋਟੀ ਲਈ, ਤਾਂ ਦਿਲ ਦਾ ਦੌਰਾ ਪੈਣ ਦੇ ਨਾਲ ਉਸਦੀ ਮੌਤ ਹੋ ਗਈ ਹੈ। ਅਜੇ ਅਰਮਾਨੀਆ ਗਿਆ ਉਸਨੂੰ 7 ਮਹੀਨੇ ਹੀ ਹੋਏ ਸਨ ਤੇ ਹੁਣ ਉਸਦੀ ਮੌਤ ਦੀ ਖਬਰ ਘਰ ਪਹੁੰਚੀ ਹੈ। ਪਰਿਵਾਰ ਤੋਂ ਇਹ ਦੁੱਖ ਸਹਿ ਨਹੀਂ ਹੋ ਰਿਹਾ। ਦੱਸਦੇ ਕਿ ਗੁਰਦਾਸਪੁਰ ਦੇ ਪਿੰਡ ਸਰਫਕੋਟ ਦਾ ਰਹਿਣ ਵਾਲਾ ਸੀ ਗੁਰਬਾਜ ਸਿੰਘ, ਜਿਸ ਨੂੰ 7 ਮਹੀਨੇ ਪਹਿਲਾਂ ਮਾਪਿਆਂ ਨੇ ਉਹਦੇ ਚੰਗੇ ਭਵਿੱਖ ਲਈ ਉਸਨੂੰ ਵਿਦੇਸ਼ ਭੇਜਿਆ। ਅਰਮਾਨੀਆ ਦੀ ਧਰਤੀ ਤੇ 7 ਮਹੀਨੇ ਹੀ ਹੋਏ ਸਨ ਉਸਨੂੰ ਕਿ ਹੁਣ ਦਿਲ ਦਾ ਦੌਰਾ ਪੈਣ ਨਾਲ ਉਸਦੀ ਮੌਤ ਹੋ ਗਈ ਹੈ। ਮਾਪਿਆਂ ਤੋਂ ਇਹ ਦੁੱਖ ਸਹਿ ਨਹੀਂ ਹੋ ਰਿਹਾ। ਪੂਰੇ ਪਿੰਡ ਦੇ ਵਿੱਚ ਮਾਤਮ ਪਸਰਿਆ ਹੋਇਆ ਹੈ। ਮਾਪਿਆਂ ਦਾ ਕਹਿਣਾ ਹੈ ਕਿ 3.5 ਲੱਖ ਖਰਚ ਕਰਕੇ ਹੁਣ ਉਹਨਾਂ ਦੇ ਪੁੱਤ ਦੀ ਮ੍ਰਿਤਕ ਦੇਹ ਨੂੰ ਪਿੰਡ ਲਿਆਂਦਾ ਜਾਣਾ ਹੈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਆਖਰੀ ਵਾਰ ਆਪਣੇ ਪੁੱਤ ਦਾ ਮੂੰਹ ਦੇਖਣ ਦੀ ਉਡੀਕ ਕਰ ਰਹੇ ਨੇ। ਬੇਹੱਦ ਮੰਦਭਾਗਾ ਹੈ ਕਿ ਪਹਿਲੇ ਲੱਖਾਂ ਰੁਪਏ ਖਰਚ ਕਰਕੇ ਬੱਚੇ ਨੂੰ ਵਿਦੇਸ਼ ਭੇਜਿਆ ਜਾਂਦਾ ਹੈ ਤਾਂ ਕਿ ਉਹਨਾਂ ਦੇ ਧੀ ਪੁੱਤ ਦੀ ਵਧੀਆ ਜ਼ਿੰਦਗੀ ਬਣੇ, ਉਹਨਾਂ ਦਾ ਚੰਗਾ ਭਵਿੱਖ ਬਣੇ, ਤੇ ਹੁਣ ਲੱਖਾਂ ਰੁਪਏ ਲਾ ਕੇ ਹੀ ਉਸਦੀ ਮ੍ਰਿਤਕ ਦੇਹ ਨੂੰ ਵਾਪਸ ਲਿਆਉਣਾ ਪੈ ਰਿਹਾ ਹੈ। ਵਿਦੇਸ਼ ਦੇ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਦੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ 20 ਸਾਲਾ ਗੁਰਬਾਜ ਸਿੰਘ, ਜਿਸ ਨੂੰ ਬੜੇ ਚਾਵਾਂ ਦੇ ਨਾਲ ਮਾਪਿਆਂ ਨੇ ਵਿਦੇਸ਼ ਲਈ ਤੋਰਿਆ, ਅਰਮਾਨੀਆ ਦੇ ਵਿੱਚ ਭੇਜਿਆ ਸੀ ਚੰਗੇ ਭਵਿੱਖ ਲਈ, ਚੰਗੀ ਰੋਜ਼ੀ ਰੋਟੀ ਲਈ, ਤਾਂ ਦਿਲ ਦਾ ਦੌਰਾ ਪੈਣ ਦੇ ਨਾਲ ਉਸਦੀ ਮੌਤ ਹੋ ਗਈ ਹੈ। ਅਜੇ ਅਰਮਾਨੀਆ ਗਿਆ ਉਸਨੂੰ 7 ਮਹੀਨੇ ਹੀ ਹੋਏ ਸਨ ਤੇ ਹੁਣ ਉਸਦੀ ਮੌਤ ਦੀ ਖਬਰ ਘਰ ਪਹੁੰਚੀ ਹੈ। ਪਰਿਵਾਰ ਤੋਂ ਇਹ ਦੁੱਖ ਸਹਿ ਨਹੀਂ ਹੋ ਰਿਹਾ। ਦੱਸਦੇ ਕਿ ਗੁਰਦਾਸਪੁਰ ਦੇ ਪਿੰਡ ਸਰਫਕੋਟ ਦਾ ਰਹਿਣ ਵਾਲਾ ਸੀ ਗੁਰਬਾਜ ਸਿੰਘ, ਜਿਸ ਨੂੰ 7 ਮਹੀਨੇ ਪਹਿਲਾਂ ਮਾਪਿਆਂ ਨੇ ਉਹਦੇ ਚੰਗੇ ਭਵਿੱਖ ਲਈ ਉਸਨੂੰ ਵਿਦੇਸ਼ ਭੇਜਿਆ। ਅਰਮਾਨੀਆ ਦੀ ਧਰਤੀ ਤੇ 7 ਮਹੀਨੇ ਹੀ ਹੋਏ ਸਨ ਉਸਨੂੰ ਕਿ ਹੁਣ ਦਿਲ ਦਾ ਦੌਰਾ ਪੈਣ ਨਾਲ ਉਸਦੀ ਮੌਤ ਹੋ ਗਈ ਹੈ। ਮਾਪਿਆਂ ਤੋਂ ਇਹ ਦੁੱਖ ਸਹਿ ਨਹੀਂ ਹੋ ਰਿਹਾ। ਪੂਰੇ ਪਿੰਡ ਦੇ ਵਿੱਚ ਮਾਤਮ ਪਸਰਿਆ ਹੋਇਆ ਹੈ। ਮਾਪਿਆਂ ਦਾ ਕਹਿਣਾ ਹੈ ਕਿ 3.5 ਲੱਖ ਖਰਚ ਕਰਕੇ ਹੁਣ ਉਹਨਾਂ ਦੇ ਪੁੱਤ ਦੀ ਮ੍ਰਿਤਕ ਦੇਹ ਨੂੰ ਪਿੰਡ ਲਿਆਂਦਾ ਜਾਣਾ ਹੈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਆਖਰੀ ਵਾਰ ਆਪਣੇ ਪੁੱਤ ਦਾ ਮੂੰਹ ਦੇਖਣ ਦੀ ਉਡੀਕ ਕਰ ਰਹੇ ਨੇ। ਬੇਹੱਦ ਮੰਦਭਾਗਾ ਹੈ ਕਿ ਪਹਿਲੇ ਲੱਖਾਂ ਰੁਪਏ ਖਰਚ ਕਰਕੇ ਬੱਚੇ ਨੂੰ ਵਿਦੇਸ਼ ਭੇਜਿਆ ਜਾਂਦਾ ਹੈ ਤਾਂ ਕਿ ਉਹਨਾਂ ਦੇ ਧੀ ਪੁੱਤ ਦੀ ਵਧੀਆ ਜ਼ਿੰਦਗੀ ਬਣੇ, ਉਹਨਾਂ ਦਾ ਚੰਗਾ ਭਵਿੱਖ ਬਣੇ, ਤੇ ਹੁਣ ਲੱਖਾਂ ਰੁਪਏ ਲਾ ਕੇ ਹੀ ਉਸਦੀ ਮ੍ਰਿਤਕ ਦੇਹ ਨੂੰ ਵਾਪਸ ਲਿਆਉਣਾ ਪੈ ਰਿਹਾ ਹੈ। ਵਿਦੇਸ਼ ਦੇ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਦੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ 20 ਸਾਲਾ ਗੁਰਬਾਜ ਸਿੰਘ, ਜਿਸ ਨੂੰ ਬੜੇ ਚਾਵਾਂ ਦੇ ਨਾਲ ਮਾਪਿਆਂ ਨੇ ਵਿਦੇਸ਼ ਲਈ ਤੋਰਿਆ, ਅਰਮਾਨੀਆ ਦੇ ਵਿੱਚ ਭੇਜਿਆ ਸੀ
ਚੰਗੇ ਭਵਿੱਖ ਲਈ ਚੰਗੀ ਰੋਜ਼ੀ ਰੋਟੀ ਲਈ ਤਾਂ ਦਿਲ ਦਾ ਦੌਰਾ ਪੈਣ ਦੇ ਨਾਲ ਉਸਦੀ ਮੌਤ ਹੋ ਗਈ ਹੈ। ਅਜੇ ਅਰਮਾਨੀਆ ਗਿਆ ਉਸਨੂੰ 7 ਮਹੀਨੇ ਹੀ ਹੋਏ ਸਨ ਤੇ ਹੁਣ ਉਸਦੀ ਮੌਤ ਦੀ ਖਬਰ ਘਰ ਪਹੁੰਚੀ ਹੈ। ਪਰਿਵਾਰ ਤੋਂ ਇਹ ਦੁੱਖ ਸਹਿ ਨਹੀਂ ਹੋ ਰਿਹਾ। ਦੱਸਦੇ ਕਿ ਗੁਰਦਾਸਪੁਰ ਦੇ ਪਿੰਡ ਸਰਫਕੋਟ ਦਾ ਰਹਿਣ ਵਾਲਾ ਸੀ ਗੁਰਬਾਜ ਸਿੰਘ, ਜਿਸ ਨੂੰ 7 ਮਹੀਨੇ ਪਹਿਲਾਂ ਮਾਪਿਆਂ ਨੇ ਉਹਦੇ ਚੰਗੇ ਭਵਿੱਖ ਲਈ ਉਸਨੂੰ ਵਿਦੇਸ਼ ਭੇਜਿਆ। ਅਰਮਾਨੀਆ ਦੀ ਧਰਤੀ ਤੇ 7 ਮਹੀਨੇ ਹੀ ਹੋਏ ਸਨ ਉਸਨੂੰ ਕਿ ਹੁਣ ਦਿਲ ਦਾ ਦੌਰਾ ਪੈਣ ਨਾਲ ਉਸਦੀ ਮੌਤ ਹੋ ਗਈ ਹੈ। ਮਾਪਿਆਂ ਤੋਂ ਇਹ ਦੁੱਖ ਸਹਿ ਨਹੀਂ ਹੋ ਰਿਹਾ। ਪੂਰੇ ਪਿੰਡ ਦੇ ਵਿੱਚ ਮਾਤਮ ਪਸਰਿਆ ਹੋਇਆ ਹੈ। ਮਾਪਿਆਂ ਦਾ ਕਹਿਣਾ ਹੈ ਕਿ 3.5 ਲੱਖ ਖਰਚ ਕਰਕੇ ਹੁਣ ਉਹਨਾਂ ਦੇ ਪੁੱਤ ਦੀ ਮ੍ਰਿਤਕ ਦੇਹ ਨੂੰ ਪਿੰਡ ਲਿਆਂਦਾ ਜਾਣਾ ਹੈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਆਖਰੀ ਵਾਰ ਆਪਣੇ ਪੁੱਤ ਦਾ ਮੂੰਹ ਦੇਖਣ ਦੀ ਉਡੀਕ ਕਰ ਰਹੇ ਨੇ। ਬੇਹੱਦ ਮੰਦਭਾਗਾ ਹੈ ਕਿ ਪਹਿਲੇ ਲੱਖਾਂ ਰੁਪਏ ਖਰਚ ਕਰਕੇ ਬੱਚੇ ਨੂੰ ਵਿਦੇਸ਼ ਭੇਜਿਆ ਜਾਂਦਾ ਹੈ ਤਾਂ ਕਿ ਉਹਨਾਂ ਦੇ ਧੀ ਪੁੱਤ ਦੀ ਵਧੀਆ ਜ਼ਿੰਦਗੀ ਬਣੇ, ਉਹਨਾਂ ਦਾ ਚੰਗਾ ਭਵਿੱਖ ਬਣੇ, ਤੇ ਹੁਣ ਲੱਖਾਂ ਰੁਪਏ ਲਾ ਕੇ ਹੀ ਉਸਦੀ ਮ੍ਰਿਤਕ ਦੇਹ ਨੂੰ ਵਾਪਸ ਲਿਆਉਣਾ ਪੈ ਰਿਹਾ ਹੈ।